era ਵਿਚਾਰ ਕਰਨੀ ਪਾਉਂਦਾ ਇਹ ਪਹਿਲੀ ਘਟਨਾ ਨਹੀਂ ਹੈ ਜਦੋਂ ਕਾਲੇ ਦੌਰ ਸੀ ਪੰਜਾਬ ਉਦੋਂ ਵੀ ਇਸ ਤਰ੍ਹਾਂ ਮੰਦਰਾਂ 'ਚ ਗੁਰਦੁਆਰਿਆਂ 'ਚ ਅਟੈਕ ਨਹੀਂ ਹੋ ਸੀ ਕਾਲੀ ਮਾਤਾ ਦੇ ਮੰਦਰ 'ਤੇ ਅਟੈਕ ਹੋਣਾ ਜਦੋਂ ਸਰਕਾਰ ਬਣੀ ਸੀ ਉਹਨੂੰ ਯਾਦ ਹੋਣਾ ਜੀ ਅਤੇ ਆਪਸ ਵਿੱਚ ਕੁਝ ਸਿੱਖ ਭਰਾ ਕੁਝ ਹਿੰਦੂ ਭਰਾ ਸੋ ਇਹ ਸਾਰੇ ਦਾ ਸਾਰਾ ਮੈਨੂੰ ਲੱਗਦਾ ਕਿ ਇਹ ਸਾਜਿਸ਼ ਹੋ ਰਹੀ ਹੈ ਔਰ ਇਹਦੇ 'ਤੇ ਗੰਭੀਰਤਾ ਦੇ ਨਾਲ ਵਿਚਾਰ ਕਰਨੀ ਲੋੜ ਹੈ ਸਾਨੂੰ ਸੰਜਮ ਵਰਤਣ ਦੀ ਲੋੜ ਹੈ ਲਾਅ ਐਂਡ ਆਰਡਰ ਦੀ ਸਥਿਤੀ ਕੋਈ ਅੱਜ ਦੀ ਨਹੀਂ ਈਵਨ ਦੇਸ਼ ਦੇ ਗ੍ਰਹਿ ਮੰਤਰੀ ਕਹਿ ਚੁੱਕੇ ਹਨ ਔਰ ਮੈਂ ਵੀ ਲਾਅ ਐਂਡ ਆਰਡਰ ਦੀ ਸਥਿਤੀ ਦੇ ਪਾਰਲੀਮੈਂਟ 'ਚ ਕਿਹਾ ਕਿ ਪੰਜਾਬ ਦੇ ਵਿੱਚ ਦਿਨ ਬ ਦਿਨ ਲਾਅ ਐਂਡ ਆਰਡਰ ਖਰਾਬ ਅੱਜ ਦੇਖੋ ਕਿੰਨੇ ਹਜ਼ਾਰਾਂ ਲੋਕ ਇੱਥੇ ਖੜ੍ਹੇ ਹਨ ਸੋ ਬਹੁਤ ਮੰਦਭਾਗੀ ਘਟਨਾ ਹੈ ਇਹਦੀ ਵੱਡੇ ਪੱਧਰ 'ਤੇ ਜਾਂਚ ਹੋਣੀ ਚਾਹੀਦੀ ਹੈ ਔਰ ਦੋਸ਼ੀਆਂ ਨੂੰ ਉਸਦੇ ਵਿੱਚ ਵੀ ਕੁਝ ਜ਼ਿਆਦਾ ਵੱਡੀ ਉਮਰ ਦਾ ਜਿਹੜਾ ਨੌਜਵਾਨ ਨਹੀਂ ਹੈਗਾ ਕੀ ਲੱਗਦਾ ਕਿ ਜਿਹੜੇ ਇਹ ਨੌਜਵਾਨ ਖਾਸ ਕਰਕੇ ਜਿਹੜੇ ਬੱਚੇ ਨੇ ਉਹਨਾਂ ਵੱਲੋਂ ਉਹਨਾਂ ਨੂੰ ਵਰਗ ਲਾਇਆ ਜਾ ਰਿਹਾ ਜਿਹੜੇ ਅਣਜਾਣ ਬੱਚੇ ਨੇ ਛੋਟੀਆਂ ਉਮਰਾਂ ਦੇ ਬੱਚੇ ਨੇ ਉਹਨਾਂ ਲੋਕਾਂ ਨੂੰ ਹੀ ਇਹ ਗੱਲਾਂ ਇੱਧਰ ਉੱਧਰ ਕੰਮ ਗਲਤ ਕਰਾਏ ਜਾਂਦੇ ਨੇ ਕੁਝ ਪੈਸੇ ਵਾਸਤੇ ਕਰਾਏ ਜਾਂਦੇ ਕੁਛ ਕੋਈ ਲੋਕਾਂ ਨੂੰ ਨਸ਼ੇ ਦੀ ਆੜ 'ਚ ਕਰਾਏ ਜਾਂਦੇ ਸੋ ਮੈਂ ਤਾਂ ਹੀ ਕਿਹਾ ਕਿ ਇਹਦੇ ਪਿੱਛੇ ਕੋਈ ਗਹਿਰੀ ਵੱਡੀ ਸਾਜਿਸ਼ ਹੋ ਸਕਦੀ ਹੈ ਇਹ ਸਰਕਾਰਾਂ ਨੂੰ ਇਹਦੇ 'ਤੇ ਗੰਭੀਰਤਾ ਦੇ ਨਾਲ ਵਿਚਾਰ ਸਰਕਾਰ ਤਾਂ ਬੜੀ ਉਹ ਬੇਅਦਬੀਆਂ ਦੇ ਮਸਲੇ ਹੱਲ ਕਰਨ ਨੂੰ ਸੀ ਕਹਿੰਦੇ ਇਨਸਾਫ ਮਿਲੂਗਾ ਤਾਂ ਲਗਾਤਾਰ ਵੱਧਦੀ ਹੈਗੀਆਂ ਘਟਨ ਦੀ ਇਸ ਮੁੱਦੇ 'ਤੇ ਇੱਦਾਂ ਮੈਂ ਗੱਲ ਕਰਾਂਗਾ ਤਾਂ ਲੋਕਾਂ ਨੂੰ ਇਹ ਲੱਗੇਗਾ ਕਿ ਸ਼ਾਇਦ ਮੈਂ ਕੋਈ ਤੇਲ ਪਾ ਰਿਹਾ ਕਿਉਂ ਕਿਹਾ ਗਿਆ ਸੀ ਕਿ 24 ਘੰਟਿਆਂ 'ਚ ਬੇਅਦਬੀਆਂ ਦੇ ਮਸਲੇ ਹੱਲ ਕਰਾਂ ਸੋ ਚਲੋ ਉਹ ਗੱਲ ਤਾਂ ਛੱਡੋ ਮੈਂ ਸਮਝਦਾ ਕਿ ਉਹ ਤਾਂ ਜਦੋਂ ਹੋਏਗਾ ਹੋਏਗਾ ਲੇਕਿਨ ਇਸ ਤਰ੍ਹਾਂ ਦੀ ਘਟਨਾ ਹੁਣ ਨਹੀਂ ਹੋਣੀ ਚਾਹੀਦੀ ਨੈਸ਼ਨਲ ਹਾਈਵੇ ਹੈ ਜਿਹੜੇ ਆਮ ਲੋਕ ਨੇ ਕਾਫੀ ਖੱਜਲ ਹੋ ਰਹੇ ਹਾਂਜੀ ਮੈਂ ਲੋਕਾਂ ਨੂੰ ਇਹ ਬੇਨਤੀ ਕਰਨੀ ਚਾਹੁੰਦਾ ਪੰਜਾਬ ਦੇ ਲੋਕਾਂ ਨੂੰ ਸਾਨੂੰ ਸੰਜਮ ਵਰਤਣ ਦੀ ਲੋੜ ਹੈ ਸਾਨੂੰ ਆਪਣਾ ਭਾਈਚਾਰਾ ਕਾਇਮ ਰੱਖਣ ਦੀ ਲੋੜ ਹੈ ਕੋਈ ਸ਼ਰਾਰਤੀ ਬੰਦਾ ਜਾਂ ਜਿਸ ਬੰਦੇ ਨੇ ਵੀ ਸਾਜਿਸ਼ ਕੀਤੀ ਹੈ ਬਹੁਤ ਮਾੜੀ ਘਟਨਾ ਹੈ ਲੇਕਿਨ ਸਾਨੂੰ ਆਪਣੇ ਪੰਜਾਬ ਦੇ ਲੋਕਾਂ ਦਾ ਪੰਜਾਬ ਦਾ ਪੰਜਾਬ ਦੇ ਵਾਸੀਆਂ ਦਾ ਭਾਈਚਾਰੇ ਦਾ ਬਹੁਤ ਖਿਆਲ ਰੱਖਣਾ ਚਾਹੀਦਾ ਕਿਸੇ ਪ੍ਰਕਾਰ ਦੀ ਕੋਈ ਐਸੀ ਸਥਿਤੀ ਪੈਦਾ ਨਾ ਹੋਈਏ ਜਿਹਦੇ ਨਾਲ ਲਾਅ ਐਂਡ ਆਰਡਰ ਅਸੀਂ ਉਹਨਾਂ ਦੇ ਨਾਲ ਹਾਂ ਤੁਹਾਡੇ ਨਾਲ ਹੈ ਜਿਹੜੀ ਵੀ ਸੰਭਵ ਲੜਾਈ ਲੜੀ ਜਾ ਰਹੀ ਅਸੀਂ ਲੜਾਂਗੇ ਨਾਲ ਹੀ ਨਾਲ ਮੈਂ ਪੁਲਿਸ ਪ੍ਰਸ਼ਾਸਨ ਨੂੰ ਬੇਨਤੀ ਕਰਨੀ ਚਾਹੁੰਦਾ ਪੰਜਾਬ ਦੇ ਬੀਜੇਪੀ ਨਾਲ ਪੰਜਾਬ ਦੇ ਗ੍ਰਹਿ ਮੰਤਰੀ ਮੁੱਖ ਮੰਤਰੀ ਨੂੰ ਬੇਨਤੀ ਕਰਨੀ ਚਾਹੁੰਦਾ ਉਹ ਇੱਥੇ ਆਏ ਸੀ ਉਹਨੂੰ ਇੱਥੇ ਆਉਣਾ ਚਾਹੀਦਾ ਸੀ ਮੁੱਖ ਮੰਤਰੀ ਸਾਹਿਬ ਇੱਥੇ ਆ ਜਾਂਦੇ 2 ਮਿੰਟ ਔਰ ਇਸ ਪਬਲਿਕ ਨੂੰ ਖੜ੍ਹੇ ਹੋ ਕੇ ਐਡਰੈਸ ਕਰ ਦਿੰਦੇ ਕਿ ਮੇਰੀ ਜ਼ਿੰਮੇਵਾਰੀ ਹੈ ਮੈਂ 24 ਘੰਟਿਆਂ ਦੇ ਵਿੱਚ ਦੋਸ਼ੀ ਨੂੰ ਫੜ ਲਵਾਂਗਾ ਜਾਂ 12 ਘੰਟੇ ਨਹੀਂ ਫੜਾਂਗਾ ਤਾਂ ਸ਼ਾਇਦ ਇਹ ਸਥਿਤੀ ਨਾ ਪੈਦਾ ਹੁੰਦੀ ਜਾਂ ਸਰਕਾਰ ਦਾ ਕੋਈ ਲੋੜਿੰਗਾ ਭੇਜ ਦੇ ਕੋਈ ਮੰਤਰੀ ਭੇਜ ਦਿੰਦੇ ਸੁਬਾਹ ਦੀ ਰਾਤ ਦੀ ਘਟਨਾ ਹੋਈ ਹੈ ਲਗਭਗ 3:30 ਵਜੇ ਦੀ ਘਟਨਾ ਦੱਸੋ
ਬਜ਼ੁਰਗ ਨੇ ਉਹ ਮਹਿਲਾਵਾਂ ਨੂੰ ਦਵਾਈ ਦੀ ਪਾਣੀ ਦੀ ਕਿੱਲਤ ਆ ਰਹੀ ਹੈ ਉਹ ਬਿਲਕੁਲ ਮੈਂ ਤਾਂ ਇਹ ਚਾਹੁੰਦਾ ਵੀ ਕਿਸੇ ਪ੍ਰਕਾਰ ਦੀ ਕੋਈ ਵੀ ਚੀਜ਼ ਐਸੀ ਨਹੀਂ ਕਰਨੀ ਚਾਹੀਦੀ ਜਿਹਦੇ ਨਾਲ ਜਨਤਾ ਨੂੰ ਔਰ ਲੋਅ ਐਂਡ ਆਰਡਰ ਦੀ ਕਿਸੇ ਵੀ ਫਾਇਦਾ ਲੇਕਿਨ ਪਰ ਫਿਰ ਲੋਕਾਂ ਦੀਆਂ ਭਾਵਨਾਵਾਂ ਹੈ ਫਿਰ ਲੋਕਾਂ ਦੀਆਂ ਉਹਨਾਂ ਦੀ ਮਾਨਸਿਕਤਾ ਹੈ ਉਹਨਾਂ ਦੀ ਇਹਦੇ ਨਾਲ ਉਹ ਜੁੜੇ ਵੀ ਹੈ ਕਿਸ ਪ੍ਰਕਾਰ ਦੀ ਜਦੋਂ ਬੇਅਦਬੀ ਲੋਕਾਂ ਨੂੰ ਲੱਗਦਾ ਕਿ ਕਿਹੜਾ ਸ਼ਿਕਾਰੀ ਸੀਗਾ ਜਿਹੜਾ ਸਾਡੇ ਗੁਰੂ ਨਾਨਕ ਸਾਡੇ ਸਾਡੇ ਸ਼ਿਵਜੀ ਮਹਾਰਾਜ ਦੇ ਸੂਟ ਨਾਲ ਇਸ ਤਰ੍ਹਾਂ ਦਾ ਕਰਕੇ ਗਿਆ ਬਹੁਤ ਬੜੇ ਸੂਝਵਾਨ ਹੈ ਕਿਸੇ ਪ੍ਰਕਾਰ ਦੀ ਕੋਈ ਐਸੀ ਠੀਕ ਹੈ ਜੀ ਬਹੁਤ ਬਹੁਤ ਇੱਥੇ ਪਹੁੰਚੇ ਨੇ ਔਰ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਦਿੱਲੀ ਅੰਮ੍ਰਿਤਸਰ ਹਾਈਵੇ ਦੇਖੋ ਕਿਹੜਾ ਕੁੱਲਾ ਕਰੋ ਲੈ ਲੈ ਇੱਧਰ ਜਿਹੜਾ ਮੈਨੂੰ ਤਾਂ ਹੀ ਖੁੱਲੂਗਾ
ਸਰ ਆ ਫੜਾ ਦੋ, ਆ ਫੋਨ ਫੜਾ ਸਰ, ਪੱਤਰਕਾਰੀ ਸਾਰੇ ਪੇਸ਼ ਮੈਨੂੰ